ਸਸਿਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਪ ਤੇ ਇਸ ਵਕਤ ਸਾਡੇ ਨਾਲ ਗੁਰਮੀਤ ਸਿੰਘ ਖੁੱਡੀਆਂ ਨੇ ਪੰਜਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਨੇ ਲੰਬੀ ਦਾ ਕਿਲਾ ਫਤਿਹ ਕੀਤਾ ਬਾਦਲਾਂ ਦਾ ਗੜ੍ਹ ਤੋੜਿਆ ਖੁੱਡੀਆਂ ਸਾਹਿਬ ਕਿੱਦਾਂ ਦਾ ਮਹਿਸੂਸ ਕਰਦੇ ਹੋ ਪਹਿਲਾ ਸਵਾਲ ਇਹ ਆ ਮੈਨੂੰ ਯਾਦ ਹੈ ਕਿ ਉਹ ਵੀਡੀਓ ਕੱਲ ਪਰਸੋਂ ਦੀ ਫਿਰ ਘੁੰਮੀ ਜਾਂਦੀ ਹੈ ਜਦ ਤੁਹਾਨੂੰ ਪੁੱਛਿਆ ਸੀ ਕਿ ਕਿੰਨਾ ਕੁ ਮੁਕਾਬਲਾ ਤੁਸੀਂ ਕਿਹਾ ਉਹਦੋਂ ਦੱਸਾਂਗੇ ਜਦ ਨਤੀਜਾ ਆਊਗਾ ਕਿਦਾਂ ਦਾ ਮੁਕਾਬਲਾ ਸੀ ਫਿਰ ਮੁਕਾਬਲਾ ਸਰਖਾਬ ਜੀ ਪਹਿਲੇ ਦਿਨੋਂ ਹੀ ਜਦੋਂ ਮੈਂ ਇਸ ਟਿਕਟ ਦਿੱਤਾ ਸੀ ਮੈਨੂੰ ਆਮ ਆਦਮੀ ਪਾਰਟੀ ਨੇ ਮੈਂ ਚੱਲਿਆ ਸੀ ਜੀ ਲੋਕਾਂ ਨੇ ਉਸ ਦਿਨ ਤੋਂ ਹੀ ਬਹੁਤ ਵੱਡਾ ਹੰਗਾਰਾ ਮੈਨੂੰ ਦੇਣ ਲੱਗ ਗਏ ਸੀ ਔਰ ਪਤਾ ਲੱਗਦਾ ਸੀ ਵੀ ਲੋਕ ਕੁਸ਼ੈਦ ਕੀ ਜ਼ਰੂਰ ਬਦਲਾਅ ਲਿਆਉਣਗੇ ਪੱਤਰਕਾਰ ਸਹਿਬਾਨ ਜ਼ਰੂਰ ਕਹਿੰਦੇ ਸੀ ਪੰਜ ਵਾਰ ਦਾ ਮੁੱਖ ਮੰਤਰੀ ਹੈ ਜੀ ਤੇ ਉਹਦੇ ਨਾਲ ਤੇਰੀ ਟੱਕਰ ਹੈ ਤੇ ਤੂੰ ਕੀ ਕਰੇਂਗਾ ਉਹਨੇ ਕੋਈ ਕੰਮ ਹੀ ਨਹੀਂ ਛੱਡਿਆ ਜਿਹੜਾ ਲੰਬੀ ਚੋ ਹੈ ਮੈਂ ਜੇ ਕੋਈ ਲੰਬੀ ਚ ਕੰਮ ਹੋਇਆ ਹੋਵੇ ਹੂੰ ਤਾਂ ਇਹਨੂੰ ਵੋਟਾਂ ਮੰਗਣੀਆਂ ਨਾ ਪੈਣ ਅੱਜ ਜਿਹੜਾ ਫਕਰੇ ਕੌਮ ਜੀ ਨੂੰ ਆਕਾਲ ਤਖਤ ਸਾਹਿਬ ਅੱਗੇ ਮੇਰਾ ਵੀ ਸਿਰ ਝੁਕਦਾ ਹੈ ਜੀ ਪਰ ਜਿਵੇਂ ਆਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਇਹਨਾਂ ਲੋਕਾਂ ਨੇ ਠੇਸ ਪਹਾਈ ਹੈ ਚਾਹੇ ਉੱਥੇ ਲੋਕ ਰਹਿਣ ਵਾਲਿਆਂ ਨੇ ਉਹਨੂੰ ਇਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਅ ਕਿਹੜਾ ਫਕਰੇ ਕੌਮ ਰਤਬਾ ਦੇ ਦਿੱਤਾ ਸੀਗਾ ਜੀ ਫਕਰੇ ਕੌਮ ਪਿੰਡਾਂ ਵਿੱਚ ਸ਼ਰਾਬ ਦੇ ਡੱਬੇ ਭੇਜ ਕੇ ਇੱਕ ਐਮ ਐਲ ਏ ਬਣ ਲਈ ਲੇ ਲਕੜੀਆਂ ਕੱਢੇ ਔਰ ਕਰੋੜਾ ਰੁਪਈਆ ਉਹਦੇ ਤੇ ਖਰਚੇ ਤੇ ਬਹੁਤ ਸ਼ਰਮਨਾਇਕ ਗੱਲ ਹੈ ਕੁੜੇ ਸਾਬ ਕਿਵੇਂ ਦੇਖਦੇ ਹੋ ਤੁਸੀਂ ਕਾਂਗਰਸ 'ਚ ਰਹੇ ਤੁਹਾਨੂੰ ਮੌਕਾ ਨਹੀਂ ਮਿਲਿਆ ਜੇ ਮੌਕਾ ਮਿਲ ਜਾਂਦਾ ਤਾਂ ਇਹ ਜਿਹੜਾ ਮੈਚ ਸਾਨੂੰ ਐਤਕੀ ਦੇਖਣ ਨੂੰ ਮਿਲਿਆ ਇਹ ਨਤੀਜੇ ਐਤਕੀ ਦੇਖਣ ਨੂੰ ਮਿਲੇ ਪਹਿਲਾਂ ਹੋ ਸਕਦੇ ਸੀ ਕਿ ਪਿਛਲੀ ਵਾਰ ਵੀ ਬਹੁਤ ਵੱਡੀ ਤਿਆਰੀ ਹੋ ਗਈ ਸੀ ਸਾਡੀ ਪਰ ਮੌਕਾ ਪੇੜੀ ਨਹੀਂ ਸਕਿਆ ਜੇ ਉਹ ਜਿੱਤਣ ਦਾ ਕਾਰਨ ਪੰਜ ਵਾਰ ਜਿੱਤਣ ਦਾ ਕਾਰਨ ਵੀ ਇਹੀ ਸੀ ਕਿ ਮੌਕੇ ਨਹੀਂ ਦਿੱਤਾ ਗਿਆ ਕਿਸੇ ਨੂੰ ਹੋਰ ਨੂੰ ਆਏ ਵੀ ਸੀਗਾ ਕਿਉਂਕਿ ਮੈਂ ਪਹਿਲਾਂ ਕਾਂਗਰਸ ਚ ਹੀ ਰਹਿਆ ਹਾਂ ਕੋਈ ਬਹੁਤ ਹੀ ਸੰਸੀਰ ਨਹੀਂ ਪਾਰਟੀ ਉਹ ਵੀ ਜਿਹੜੀ ਕੋਈ ਲੜਾਈ ਲੜ ਰਹੀ ਹੈ ਤੇ ਉਹ ਬੰਦਾ ਆਪ ਹੀ ਲੜੀ ਜਾਂਦਾ ਪਾਰਟੀ ਵੀ ਉਹ ਤੇ ਲਿਕੁਇਸ਼ ਕਰਦੀ ਆ ਕਿ ਨਹੀਂ ਕਰਦੀ ਜਿਹੇ ਮੁਖਾਲਫਤ ਕਰੀ ਜਾਂਦੇ ਕਾਂਗਰਸੀ ਤਾਂ ਵੀ ਕਿਸੇ ਨੂੰ ਪਰਵਾਹ ਨਹੀਂ ਇੱਕ ਵਾਰੀ 6 ਸਾਲਾਂ ਵਾਲੇ ਕੱਢ ਦਿਓ ਤੁਸੀਂ ਨਾਲ ਦੀ ਨਾਲ ਲੈ ਲਓ ਤੇ ਉਹ ਇਸ ਲਈ ਉਹ ਪਾਰਟੀ ਦਾ ਬਹੁਤਾ ਵਧੀਆ ਕੰਮ ਨਹੀਂ ਸੀਗਾ ਨਹੀਂ ਤਾਂ ਇੰਨੀ ਕੋਈ ਗੱਲ ਨਹੀਂ ਹੁੰਦੀ ਐਤਕੀ ਵੀ ਲੋਕਾਂ ਨੇ ਜੇ ਮੋੜਾ-ਮੋੜਿਆ ਤਾਂ ਫਿਰ ਪਿਛਲੀ ਵਾਰੀ ਮੋੜਿਆ ਐਤਕੀ ਇਕੱਲਾ ਇੱਕ ਪਾਸੇ ਹੋ ਨਹੀਂ ਮੋੜਾ-ਮੋੜਿਆ ਤੁਸੀਂ ਕਹਿੰਦੇ ਹੋ ਬਾਦਲ ਪੰਜ ਸੀਟਾਂ ਤੋਂ ਹਾਰੇ ਨੇ ਵੱਡੇ-ਵੱਡੇ ਮਾਰਜਨ ਤੋਂ ਹਾਰੇ ਨੇ ਤੁਹਾਨੂੰ ਲੱਗਦਾ ਸੀ ਵੀ ਇੰਨੇ ਮਾਰਜਨ ਤੇ ਹਰਾ ਦੋਗੇ ਨਹੀਂ ਉਹ ਨਹੀਂ ਗੱਲ ਜਿਹੜੀ ਸਰਦਾਰ ਪ੍ਰਕਾਸ਼ ਬਾਦਲ ਹੋਰਾਂ ਦੀ ਗੱਲ ਵੱਖਰੀ ਆ ਸੁਖਬੀਰ ਹੋਰੀਤਾ ਜੀ ਵੀ ਉਹਨਾਂ ਦੀ ਮਤਲਬ ਜੇ ਸਹਾਰਾ ਲੈ ਕੇ ਚੱਲ ਰਹੇ ਲੋਕ ਅੱਛਾ ਸੋ ਉਹਨਾਂ ਦੀ ਤਾਂ ਵੀ ਜੇ ਕੋ ਸਾਰੀ ਉਮਰ ਰਾਜਨੀਤੀ ਕੀਤੀ ਹੈ ਸਾਰੀ ਉਮਰ ਇਸ ਕੰਮ ਵਿੱਚ ਲੰਗਾ ਦਿੱਤੀ ਹੈ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਆ 10 ਵਾਰੀ ਵਿਧਾਨ ਸਭਾ ਵਿੱਚ ਗਏ 11ਵੀਂ ਵਾਰ ਜਦੋਂ ਜਾਣਾ ਸੀ ਤੇ ਫਿਰ 11000 ਤੋਂ ਵੱਧ ਵੋਟਾਂ ਨਾਲ ਹਰਾ ਕੇ ਇਥੋਂ ਦੇ ਲੋਕਾਂ ਨੇ ਲੋਕ ਹੋਣਾ ਗਰਮੀ ਤੇ ਖੁੱਡੀਆਂ ਦੇ ਵਿੱਚ ਇੱਕ ਵੱਡਾ ਉਮੀਦ ਇੱਕ ਵੱਡਾ ਜ਼ਿੰਮਾ ਇੱਕ ਵੱਡਾ ਅਹੁਦਾ ਵੇਂਦੇ ਨੇ ਗੁਰਮੀਤ ਖੁੱਡੀਆਂ ਦਾ ਆਪ ਦੀ ਇੱਛਾ ਕੀ ਹੈ ਕਿਉਂਕਿ ਪੰਜ ਵਾਰ ਦਾ ਮੁੱਖ ਮੰਤਰੀ ਹਰਾਇਆ ਤਾਂ ਕਿਤੇ ਨਾ ਕਿਤੇ ਵੱਡੀ ਜ਼ਿੰਮੇਵਾਰੀ ਲੋਕਾਂ ਨੇ ਲੰਬੀ ਦੇ ਲੋਕਣ ਦਿੱਤੀ ਹੈ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਹਨੂੰ ਪੂਰੀ ਇਮਾਨਦਾਰੀ ਨਾਲ ਬਾਖੂਬੀ ਨਿਭਾਉਂਗਾ ਉਹਦੇ ਵਿੱਚ ਮੈਂ ਭਾਈਦਾ ਨਹੀਂ ਸਦਾ ਲਈ ਲੋਕਾਂ ਦਾ ਬਣ ਕੇ ਰਹੂੰਗਾ ਤੇ ਲੋਕਾਂ ਨਾਲ ਚੱਲੂੰਗਾ ਪਾਰਟੀ ਤੋਂ ਕੋਈ ਗੱਲਬਾਤ ਹੋਈ ਪਾਰਟੀ ਤੋਂ ਕੋਈ ਇੱਛਾ ਰੱਖਦੇ ਹਾਂ ਵੀ ਜੇ ਐਡਾ ਤਕੜਾ ਥਾਮ ਸੱਟਿਆ ਐਡਾ ਤਕੜਾ ਕੇ ਮੁਕਾਬਲਾ ਸੀ ਤਾਂ ਕੋਈ ਨਾ ਕੋਈ ਵੱਡੀ ਜ਼ਿੰਮੇਵਾਰ ਦਿੱਤੀ ਜਾਵੇ ਮੰਤਰੀ ਮੰਡਲ ਦੇ ਨਾਂ ਦੇ ਵਿੱਚ ਕੋਈ ਸ਼ਾਮਲ ਕੀਤਾ ਜਾਵੇ ਪਾਰਟੀ ਨੇ ਤਾਂ ਮੈਨੂੰ ਪਹਿਲਾਂ ਹੀ ਬਹੁਤ ਵੱਡਾ ਕੁਝ ਦੇ ਦਿੱਤਾ ਤੇ ਲੋਕਾਂ ਨੇ ਉਸ ਨਾਲੋਂ ਵੀ ਅੱਗੇ ਵੀ ਪਜਾਤੀ ਹੈ ਜੀ ਨੂੰ ਕਹਿ ਦਈਏ ਤਾਂ ਮੈਂ ਤਾਂ ਸੈਟੀਸਫਾਈਡ ਸੈਟੀਸਫਾਈਡ ਪਰ ਜੇ ਮੰਤਰੀ ਮੰਡਲ ਦਾ ਕੋਹਾ ਤਾਂ ਮਿਲਦਾ ਆ ਤਾਂ ਕੀ ਕੀ ਲੈਣਾ ਚਾਹੁੰਦੇ ਹੋ ਨਹੀਂ ਜੇ ਉਹ ਵਖੋ ਉਹ ਜਿਹਨ ਮੁੱਖ ਮੰਤਰੀ ਸਾਹਿਬ ਬਣਦੇ ਆ ਉਹਨਾਂ ਦੇ ਮੁਤਾਬਕ ਉਹ ਆਪ ਦੇ ਨਾਲ ਬੰਦਿਆਂ ਨੂੰ ਰੱਖਦੇ ਆ ਹਾਈ ਕਮਾਂਡ ਜੋ ਚਾਹੁੰਦੀ ਹੈ ਕੋਈ ਉਹ ਕੁਝ ਵੀ ਹੋਵੇ ਉਹ ਤੋਂ ਉਸ ਨੂੰ ਜਿਹੜੇ ਨੇ ਪਾਰਟੀ ਦੇ ਮੈਂਬਰ ਨੇ ਤਾਂ ਕੰਮ ਹੀ ਕਰਨਾ ਤਾ ਕਰਨਾ ਹੈ ਪਰ ਖੁੱਡੀਆਂ ਸਾਹਿਬ ਜਿਸ ਤਰੀਕੇ ਨਾਲ ਤੁਹਾਡੀ ਫਾਈਟ ਸੀ ਸਭ ਦੀਆਂ ਨਜ਼ਰਾਂ ਹੈ ਕਿ ਮਾਲਵੇ ਦੀ ਉਸ ਸੀਟ ਤੇ ਸੀ ਵੀ ਉਹ ਮਾਲਵੇ ਦੀ ਸੀਟ ਦਾ ਨਤੀਜਾ ਕਿਉਂ ਨਿਕਲੋ ਜਿਨ੍ਹਾਂ ਨੂੰ ਖੁੱਡੀਆਂ ਪਰਿਵਾਰ ਦਾ ਇਤਿਹਾਸ ਪਤਾ ਉਹ ਤਾਂ ਪੂਰੀ ਟਿਕ ਟਕੀ ਲਗਾ ਕੇ ਵੰਦੇ ਸੀ ਉਸ ਇਤਿਹਾਸ ਤੇ ਉਸ ਤੋਂ ਕਿਉਂ ਉਹ ਇਤਿਹਾਸ ਦਾ ਹੋਣਗੇ ਉਹ ਲੰਬੀ ਦੀ ਸੀਟ ਕੀ ਦੁਆਰਾ ਕਿਤਨਾ ਕਿਤੇ ਹਿਲਦੀ ਹੋਈ ਨਜ਼ਰ ਆਉ ਕਿ ਨਹੀਂ ਆਉ ਲੰਬੀ ਦੇ ਲੋਕ ਇਹ ਜ਼ਰੂਰ ਕਹਿੰਦੇ ਸੀ ਵੇਤ ਕਿ ਕੁਛ ਨਾ ਕੁਛ ਹੋਊਗਾ ਲੰਬੀ ਤੋਂ ਬਾਹਰ ਦੇ ਲੋਕਾਂ ਨੂੰ ਭਲੇਖਾ ਸੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਵੇਂ ਕੋਈ ਬੰਦਾ ਹਲਾ ਦੂਗਾ ਹਮੇਸ਼ਿਆ ਨਾ ਪ੍ਰਕਾਸ਼ ਸਿੰਘ ਬਾਦਲ ਦੇ ਇਲੈਕਸ਼ਨਾਂ ਤੇ ਹਮੇਸ਼ਿਆ ਕਿਤਨੇ ਕਿਤੇ ਜਾ ਕੇ ਹੁੰਦਾ ਜੀ ਐਤਕੀ ਬਜ਼ੁਰਗ ਹਾਰ ਜੂ ਐਤਕੀ ਬਾਦ ਸਾਹਿਬ 2-3000 ਤੇ ਹਾਰ ਜਾਣਗੇ 4-5000 ਤੇ ਹਾਰ ਜਾਣਗੇ ਪਰ ਉਹ ਹਾਰੇ ਨਹੀਂ ਸੀ ਪੰਜ ਵਾਰ ਜਿੱਤੇ ਆਏ ਐ ਚਰਚਾ ਐਤਕੀ ਵੀ ਰਹੀ ਸੀ ਕਿ 3000 4000 ਘੱਟ ਨੇ ਪਰ ਹਾਰਦੇ ਨਹੀਂ ਐਤਕੀ ਚਰਚਾ ਸੀ ਐਤਕੀ ਹਾਰਦੇ ਨਹੀਂ ਐਤਕੀ ਜਿੱਤੀ ਜਾਣਗੇ ਵੇਖੋ ਮੈਂ ਇੱਕ ਦਿਨ ਮੇਰੇ بیٹے ਅਮੀਦ ਨੇ ਗੱਲ ਕਹੀ ਸੀ ਵੀ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਨਾ ਅਸੀਂ ਆਪਦੇ ਬਾਪੂ ਨੂੰ ਸੌਣ ਦੇਈਏ ਤੇ ਨਾ ਬਾਦਲ ਸਾਹਿਬ ਨੂੰ ਅਸੀਂ ਦੋਨਾਂ ਨੂੰ ਨੀਂਦ ਨਹੀਂ ਲੈਣ ਦੇਵਾਂਗੇ ਤੇ ਨਾ ਹੀ ਮੈਨੂੰ ਸੌਣ ਦਿੱਤਾ ਆਪ ਵੀ ਉਹ ਦਿਨ ਰਾਤ ਤੁਰੇ ਫਿਰੇ ਮੇਰਾ ਭਤੀਜਾ ਤੀਰਾ ਸੀ ਤੇ ਮਿਹਨਤ ਬਹੁਤ ਕੀਤੀ ਲੋਕਾਂ ਨੇ ਸਾਥ ਉਹਦੇ ਨਾਲ ਵੱਧ ਦਿੱਤਾ ਹੋਕਾ ਨੇ ਸਾਥ ਤਾਂ 92 ਸੀਟਾਂ ਦੇ ਮਾਲਵੇ ਦੀ ਗੱਲ ਕਰੀਏ ਮਾਲਵੇ ਚੋਂ 66 ਇੱਕ ਮਾਲਵੇ ਨੇ ਸਰਕਾਰ ਬਣਾਤੀ ਪਰ ਹੁਣ ਮਾਲਵਾ ਉਮੀਦਾਂ ਬਹੁਤ ਲਾਈ ਬੈਠਾ ਹੈ ਖੁੜੀਆਂ ਸਾਹਿਬ ਕੀ ਦੇਣਾ ਚਾਹੀਦਾ ਸਰਕਾਰ ਨੂੰ ਮਾਲਵੇ ਨੂੰ ਪੂਰੇ ਪੰਜਾਬ ਨੂੰ ਕੀ ਦੇਣਾ ਚਾਹੀਦਾ ਵੇਖੋ ਸਰਕਾਰ ਤਾਂ ਸਾਰੇ ਪੰਜਾਬ ਦੀ ਹੋਊਗੀ ਤੇ ਮਾਲਵੇ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਬਿਲਕੁਲ ਤੋਂ ਉਹਦੇ ਲਈ ਉਹ ਸੋਚਦੇ ਵੀ ਹੈ ਕਿ ਸਾਡੀ ਸਰਕਾਰ ਹੈ ਔਰ ਮਾਲਵੇ ਦੀ ਸਦਾ ਭਗਵੰਤ ਸਿੰਘ ਮਾਨ ਜੀ ਮਿਸਟਰ ਬੜਨੇ ਆ ਜੋ ਵੀ ਹੋਊਗਾ ਉਹ ਲੋਕਾਂ ਲਈ ਚੰਗਾ ਹੋਊਗਾ ਚੰਗਾ ਹੋਊਗਾ ਸੋ ਗੁੱਡ ਗਵਰਨੈਂਸ ਜਿਹੜੀ ਗੱਲ ਕੀਤੀ ਜਾ ਰਹੀ ਹੈ ਤੇ ਕੀ ਲੱਗਦਾ ਹੈ ਲੋਕਾਂ ਨੇ ਜਿਸ ਤਰ੍ਹਾਂ ਦਾ ਫਤਵਾ ਦਿੱਤਾ ਮੰਦਰੀ ਦਾ ਉਹ ਮੰਦਰੀ ਲਈ ਦੇਖਣ ਨੂੰ ਮਿਲੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਰੋਜ਼ਗਾਰ ਦੀ ਗੱਲ ਕਰਦੇ ਨੇ ਪਿਛਤਾ ਸੜੀ ਖਤਮ ਦੀ ਗੱਲ ਕਰਦੇ ਨੇ ਸ਼ਰਾਬ ਪਾਲਿਸੀ ਦੇ ਨਕੇਲ ਪਾਉਣ ਦੀ ਗੱਲ ਕਰਦੇ ਨੇ ਕਿ ਜਿਹੜੀ ਜਾਲੀ ਸ਼ਰਾਬਾਂ ਮਾਫੀਆ ਸਾ ਉਹ ਬੰਦ ਹੋ ਜਾਣ ਸਰਖਾਪ ਜੀ ਇਹ ਲੋਕਾਂ ਨੇ ਸਾਬਤ ਕਰ ਦਿੱਤਾ ਕੇ ਬੰਦੇ ਦਾ ਕੋਈ ਸਿਧਾਂਤ ਬੰਦੇ ਦੀ ਨੀਤ ਚੰਗੀ ਹੋਵੇ ਕੋਈ ਬਹੁਤੇ ਪੈਸੇ ਦੀ ਲੋੜ ਨਹੀਂ ਕੌਲੰਬੀ ਵਾਲੀ ਸੀਟ ਦਿੱਤੇ ਦੱਸ ਦਿੱਤਾ ਹੈਗਾ ਪਰ ਕੰਮ ਕਰਨ ਲਈ ਜ਼ਰੂਰ ਫਰਜ਼ ਬਣਦਾ ਹੈ ਸਰਕਾਰ ਦਾ ਜੋ ਸਰਕਾਰ ਦੇ जिम्मे ਲੱਗਿਆ ਬਹੁਤ ਪੰਜਾਬ ਆਰਥਿਕ ਪੱਖੋਂ ਪਛੜ ਚੁੱਕਿਆ ਉਹਦੇ ਨਾਲ ਹੀ ਜੇ ਕਹੀਏ ਅਸੀਂ এডਿਕੇਸ਼ਨ ਹੈਲਥ ਸਾਰੇ ਸਿਸਟਮ ਜਿਹੜੇ ਵਿਗੜ ਚੁੱਕੇ ਆ ਇਹਨੂੰ ਹੌਲੀ ਹੌਲੀ ਸੁਧਾਰਿਆ ਜਾ ਸਕਦਾ ਤੇ ਸੁਧਰ ਜਾਊਗਾ ਜੇ ਸਾਡੇ ਤੁਸੀਂ ਕਿਹਾ ਵੀ ਪੈਸੇ ਦੀ ਬਹੁਤੀ ਲੋੜ ਨਹੀਂ ਐਤਕੀ ਪੈਸਾ ਲੰਬੀ ਦੇ ਵਿੱਚ ਕਹਿੰਦੇ ਚੱਲਿਆ ਬਹੁਤ ਸੀ ਸਾਨੂੰ ਖਬਰਾਂ ਅੰਦਰ ਖਾਤੇ ਮਿਲ ਚੁੱਕੀਆਂ ਸੀ ਕਿ ਬਹੁਤ ਚੱਲਿਆ ਕਿਉਂਕਿ ਬਾਦਲ ਪਰਿਵਾਰ ਨੇ ਪਹਿਲੇ ਦਿਨੋਂ ਪੈਸੇ ਨਾਲ ਚੋਣ ਲੜੀ ਹੈ ਇਹ ਤਾਂ 10 ਰੁਪਏ ਵੋਟ ਮੇਰੇ ਖਿਆਲ 62 65 ਵਾਲੀ ਚੋਣ ਦੇ ਵਿੱਚ 67 ਵਾਲੀ ਵਿੱਚ ਲੈਂਦੇ ਰਹੇ ਇਹਨਾਂ ਦਾ ਕੋਈ ਯਾਦ ਆ ਕੀ ਗਿਆ ਸੀ ਰੇਟ ਐ ਤੱਕ ਹਿਸਾਬ ਦੇ ਮਤਲਬ ਪਤਾ ਲੱਗਾ ਪਹਿਲਾਂ ਕਹਿੰਦੇ ਸੀ 5000 ਦੇਣਗੇ ਤੇ ਫਿਰ ਬਾਅਦ ਚ 1000 ਤੇ ਗੱਲ ਲੜੀ ਰਹੀ ਤੇ ਉਸ ਤੇ ਲੋਕ ਥੋੜੇ ਵੀ ਲਤ ਚੱਕਦੇ ਰਹੇ ਕਹਿੰਦੇ ਲੋਕਾਂ ਨੇ ਪੈਸੇ ਵੀ ਲਏ ਪਰ ਲੋਕਾਂ ਨੇ ਵੋਟਾਂ ਮਾਰਜੀ ਨਾਲ ਜਿਵੇਂ ਉਹਵੇਂ ਕਰਦੇ ਆਂ ਤਾਂ ਲੋਕ ਆ ਦੇ ਸੀ ਵੀ ਐਂ ਕਰਦੇ ਆਂਗੇ ਸਾਇਲੈਂਟ ਵੋਟ ਦਾ ਅਸਰ ਕਿੰਨਾ ਕਿ ਦੇਖਦੇ ਹਾਂ ਸਾਇਲੈਂਟ ਵੋਟਰ ਵੀ ਡਰ ਰਿਹਾ ਕਿਤੇ ਲੋਕ ਕਹਿੰਦੇ ਤਾਂ ਪਏ ਨੇ ਗੁਰਮੀਤ ਖੁੱਡੀਆਂ ਨੂੰ ਪਈ ਤੇਰੇ ਨਾਲ ਵੋਟ ਐ ਕਿ ਫਿਰ ਨਾ ਬਾਦਰਾਵਲ ਭਗਤਾ ਦੇ ਨਹੀਂ ਜਦੋਂ ਇਲੈਕਸ਼ਨ ਹੋ ਗਈ ਸੀ ਇਲੈਕਸ਼ਨ ਹੋਣ ਤੋਂ ਬਾਅਦ 20 ਦਿਨ ਸਾਨੂੰ ਮਿਲੇ ਆ 20 ਦਿਨਾਂ ਚ ਮੈਨੂੰ ਆਪਣੇ ਘਰੇ ਬਹੁਤ ਵੱਡੀ ਰੌਣਕ ਲੱਗਦੀ ਰਹੀ ਆ ਲੋਕ ਦਾ ਹਜ਼ਾਰ-ਹਜ਼ਾਰ ਬੰਦਾ ਹੁੰਦਾ ਸੀ ਪੰਜ-ਪੰਜ 7-7 ਮਿੰਨਾਂ ਚ 1.5-1.5 200 ਬੰਦਾ ਉਹ ਭਰੋਸਾ ਦੇ ਕੇ ਜਾਂਦਾ ਸੀ ਵੀ ਸਾਡੇ ਵਾਲਾ ਪਿੰਡ ਦਾ ਵਧੂਗਾ ਯਾਰ ਦੂਜਿਆਂ ਦਾ ਪੁੱਛ ਲਓ ਤੁਸੀਂ ਉਦੋਂ ਜ਼ਰੂਰ ਲੱਗਣ ਲੱਗਿਆ ਸੀ ਵੀ ਆਪਾਂ ਐਤ ਕੀ ਉੱਤੇ ਆ ਤੇ ਮੈਂ ਲੋਕਾਂ ਨੂੰ ਕਹਿਣ ਲੱਗਾ ਸੀ ਵੀ 7-8000 10000 ਤੱਕ ਸਾਡੀ ਜਿੱਤ ਹੋ ਸਕਦੀ ਪਰ ਕਈ ਲੋਕ ਇਹ ਮੰਨਦੇ ਨਹੀਂ ਸੀ ਵੀ ਯਾਰ ਇਹ ਤਾਂ ਸਿਆਸੀ ਬੰਦੇ ਇਸ ਤਰ੍ਹਾਂ ਕਹਿੰਦੇ 10000 ਤੋਂ ਵੀ ਉੱਪਰ 1000 ਹੋ ਗਈ ਯਾਰ ਉਹ ਤਾਂ ਚਲੋ ਕਿਸਮਤ ਹੈ ਇਹ ਤਾਂ ਮੈਂ ਕਹਿੰਦਾ ਵੀ ਜੇ ਇਹ ਡੇਰਾ ਪ੍ਰੇਮੀ ਤੇ ਹੋਰਾਂ ਵਿੱਚ ਜਿਹੜੀਆਂ ਗੱਲਾਂ ਕੀਤੀ ਗਈਆਂ ਬਾਅਦ ਚ ਬਾਅਦ ਇਹ ਨਾ ਕਰੀਆਂ ਹੋ ਸਕਦਾ ਮੇਰੀ 14-15000 ਤੇ ਹੋ ਜਾਂਦੀ ਅਸੀਂ ਯਾਨੀ ਕਿ ਲੱਗਦਾ ਤੁਹਾਨੂੰ ਲੱਗਦਾ ਵੀ ਉਹ ਡੇਰੇ ਵਾਲਾ ਫੈਕਟ ਕੰਮ ਜੀ ਅਗਲੇ ਨੇ ਜਦੋਂ ਚਲਾਇਆ ਤੇ ਹੋਇਆ ਹੀ ਹੋਊਗਾ ਹੂੰ ਜਿਹੜੇ ਅਕਾਲੀ ਦਲ ਨੇ ਪਹਿਲੀ ਰਾਤ ਇਹ ਲਿਆ ਉਹਨਾਂ ਤੋਂ ਸਾਰਾ ਕੁਝ ਇੱਕ ਰਾਤ ਤੇ ਹੋ ਸਕਦਾ ਹੋਇਆ ਹੋਵੇ ਪ੍ਰੈਤ ਕੀ ਲੋਕਾਂ ਨੇ ਕਰਦਾਰ ਨੂੰ ਵੋਟ ਪਾਤੀ ਅਸੀਂ ਕਹਿ ਦਿਆ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਉਸ ਝਾੜੂ ਦੀ ਲਹਿਰ ਦੇ ਵਿੱਚ ਵੋਟ ਪਾਈ ਲੋਕ ਚਾਹੁੰਦੇ ਆ ਵੀ ਜਿਹੜਾ ਸਾਡਾ ਲੀਡਰ ਹੋਵੇ ਨੇਤਾ ਹੋਵੇ ਚਾਹੇ ਐਮ ਐਲ ਏ ਹੋਵੇ ਵਜ਼ੀਰ ਹੋਵੇ ਉਹ ਇਮਾਨਦਾਰੀ ਨਾਲ ਸਾਡੇ ਨਾਲ ਰਹੇ ਸਾਡੇ ਚੋਂ ਜੇ ਸਾਨੂੰ ਦੇ ਨਹੀਂ ਸਕਦਾ ਖਾਵੇ ਤਾਂ ਬਹੁਤ ਬਹੁਤ ਵਧਾਈਆਂ ਜੀ ਇੱਕ ਵਾਰ ਫਿਰ ਸਪੋਕਸਮੈਨ ਟੀਮ ਵੱਲੋਂ ਕਿ ਤੁਸੀਂ ਬਹੁਤ ਵੱਡੀ ਮਾਣ ਕਹਿਦਗੇ ਜੀ ਬਹੁਤ ਵੱਡੇ ਮੁਕਾਬਲੇ ਚੋਂ ਨਿਕਲੇ ਹੋ ਲੋਕਾਂ ਦਾ ਬਹੁਤ ਧੰਨਵਾਦ ਸਰਖਾਪ ਜੀ ਜੇ ਮੈਂ ਕਹਾਂ ਜ਼ਿੰਦਗੀ ਪਰ ਮੈਂ ਤੇ ਕਰਜ਼ਦਾਰ ਨਹੀਂ ਸਕਦਾ ਮੇਰੇ ਗਾਂ ਵੀ ਬੱਚਿਆਂ ਨੂੰ ਵੀ ਚਾਹੀਦਾ ਵੀ ਪਹਿਲਾਂ ਸਾਡੇ ਬਾਪ ਤੇ ਬਹੁਤ ਵੱਡੀ ਕਿਰਪਾ ਕੀਤੀ ਕਿ ਸਧਾਰਨ ਪਰਿਵਾਰ ਚੋਂ ਤੋਂ ਬਾਦ ਦੂਸਰੀ ਵਾਰ ਮੈਨੂੰ ਵਿਧਾਨ ਸਭਾ ਵਿੱਚ ਭੇਜ ਦਿੱਤਾ ਮੇਰਾ ਜਾਂਦੇ ਜਾਂਦੇ ਇੱਕ ਸਵਾਲ ਦਾ ਜਵਾਬ ਦੇ ਦਿੱਉ ਇੱਕ ਇੱਕ ਕਾਰਟੂਨ ਜਾਂ ਕਹਿ ਦਈਏ ਜਾਂ ਇੱਕ ਪਿਕਚਰ ਬੜੀ ਘੁਮਰੀ ਉਹ ਚ ਲਿਖਿਆ ਗਿਆ ਗੁਰਮੀਤ ਸਿੰਘ ਖੁੱਡੀਆਂ ਇੱਕ ਖਸਾਨ ਨੂੰ ਢਾਈ ਬੈਠੇ ਨੇ ਉਹ ਚ ਲਿਖਿਆ ਕਿ ਬਾਪੂ ਮੈਂ ਬਦਲਾ ਲੈ ਲਿਆ ਉਸ ਚੀਜ਼ ਨੂੰ ਸੱਚ ਮੰਨ ਗਏ ਠੀਕ ਹੈ ਵੀ ਰਾਜਨੀਤੀ ਵਿੱਚ ਸ਼ਾਇਦ ਪਾਸੇ ਰਾਜਨੀਤੀ ਤੋਂ ਸਾਡੇ ਬਾਪ ਨੂੰ ਵੀ ਕਰਨਾ ਚਾਹਿਆ ਤੇ ਉਹਨੂੰ ਮਾਲੀਗਰ ਤੁਸੀਂ ਉਹ ਸਿਆਸਤ ਦੇ ਹੀ ਉਸੇ ਦੌਰ ਚ ਆ ਕਿ ਆਪਦੀ ਸਬਰ ਦੇ ਨਾਲ ਸਿਆਸਤ ਚੱਲੀ ਆ ਆਪਦੇ ਬਾਪ ਦੀ ਤਸਵੀਰ ਅੱਗੇ ਰੱਖ ਕੇ ਤੇ ਅੱਜ ਲੋਕਾਂ ਨੇ ਉਹਦਾ ਬਹੁਤ ਵੱਡਾ ਮੁੱਲ ਪਾਇਆ ਲੋਕਾਂ ਨੇ ਮੁੱਲ ਪਾਇਆ ਤੇ ਹੁਣ ਦੇਖਣਾ ਇਹ ਆ ਕਿ ਇਹ ਚਿਹਰਾ ਕੈਬਨਿਟ ਦੇ ਵਿੱਚ ਜਾਂਦਾ ਆ ਜਾਂ ਕਿਸ ਮੰਤਰਾਲੇ ਤੇ ਜਾਂਦਾ ਆ ਤੇ ਜੇਕਰ ਲੋਕਾਂ ਨੇ ਇਹ ਜ਼ਿੰਮੇਵਾਰ ਦਿੱਤੀ ਆ ਤੇ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਉਂਦੇ ਨੇ ਮੈਂ ਸਰਖਬ ਆਪਣੇ ਸਹਿਯੋਗੀ ਜਸਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਮੋਹਾਲੀ